ਬਰਨਾਲਾ ਪੁਲਿਸ ਨੇ ਨਾਕੇਬੰਦੀ ਦੌਰਾਨ ਦੋ ਕਾਰਾਂ ਵਿੱਚ ਸਵਾਰ ਤਿੰਨ ਨਸ਼ਾ ਤਸਕਰਾਂ ਨੂੰ 1,05,000 ਨਸ਼ੀਲੀਆਂ ਗੋਲੀਆਂ ਅਤੇ 30,000 ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ SP ਇਨਵੈਸਟੀਗੇਸ਼ਨ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਦੋ ਨਸ਼ਾ ਤਸਕਰ ਮੌਕੇ ਤੋਂ ਕਾਰ ਸਮੇਤ ਭੱਜਣ ਵਿੱਚ ਕਾਮਯਾਬ ਹੋ ਗਏ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇੰਸਪੈਕਟਰ CIA ਬਲਜੀਤ ਸਿੰਘ ਹੋਣਾ ਕੋਲ ਇਨਫੋਰਮੇਸ਼ਨ ਸੀ ਵੀ ਇਹ ਪੰਜ ਬੰਦੇ ਹੈ, ਚਾਰ ਬੰਦੇ ਹੈ ਜਿਹੜੇ ਲਿਆ ਕੇ ਨਸ਼ੇ ਦੀਆਂ ਗੋਲੀਆਂ ਵੇਚਦੇ ਹੈ ਅਤੇ ਕੈਪਸੂਲ ਜਾਂ ਗੋਲੀਆਂ ਵਗੈਰਾ ਵੇਚਦੇ ਹੈ। ਇਹਨਾਂ ਨੇ ਉਸ ਇਨਫੋਰਮੇਸ਼ਨ 'ਤੇ ਨਾਕਾ ਲਾਇਆ ਹੋਇਆ ਸੀ, ਉਹਦੇ 'ਚੋਂ ਦੋ ਗੱਡੀਆਂ ਕਾਬੂ ਕੀਤੀਆਂ, 1,05,000 ਨਸ਼ੀਲੀਆਂ ਗੋਲੀਆਂ ਕਾਬੂ ਕੀਤੀਆਂ ਅਤੇ ਤਿੰਨ ਬੰਦਿਆਂ ਨੂੰ ਅਰੈਸਟ ਕੀਤਾ। ਇੱਕ ਗੱਡੀ ਉਦੋਂ ਮੁਲਾਜ਼ਮਾਂ ਤੋਂ ਭੱਜ ਗਈ, ਦੋ ਕਾਬੂ ਕਰ ਲਈਆਂ ਸੀ ਅਤੇ ਦੋ ਬੰਦੇ ਭਗੌੜੇ ਆ ਜੀ ਜਿਨ੍ਹਾਂ ਦੀ ਸਾਨੂੰ ਤਲਾਸ਼ ਹੈ। ਇਹ 30,000 ਰੁਪਇਆ ਹੁਣ ਇਨਵੈਸਟੀਗੇਸ਼ਨ 'ਚ ਆਏਗਾ, ਜਿਵੇਂ ਜਿਵੇਂ ਇਨਵੈਸਟੀਗੇਸ਼ਨ 'ਚ ਅੱਗੇ ਫਰਦਰ ਚੱਲੇਗੀ ਉਹ 'ਚ ਇਹਨਾਂ ਦੇ ਅਕਾਊਂਟਸ ਜਾਂ ਇਹਨਾਂ ਦੇ ਕੰਟੈਕਟਸ ਜਾਂ ਇਹਨਾਂ ਦੇ ਹੋਰ ਕਿਹੜੇ ਆਨਵਰਡ ਅਤੇ ਬੈਕਵਰਡ ਜਿਹੜੇ ਰਿਲੇਸ਼ਨ ਨੇ ਉਹ ਸਾਰਿਆਂ ਨੂੰ ਤਫਤੀਸ਼ ਕਰਾਂਗੇ। ਗੱਡੀਆਂ 'ਤੇ ਇੱਕ ਹੈਗੀ ਹੈ ਈਕੋ ਕਾਰ ਸੀ ਜੀ, ਇੱਕ ਸਵਿਫਟ ਕਾਰ ਸੀ ਅਤੇ ਜਿਹੜੀ ਭੱਜੀ ਹੈ ਉਹ ਸਲਾਰੀਓ ਉਹਦੇ 'ਚ। ਹਾਂਜੀ ਹਾਂਜੀ ਇਹਨਾਂ ਦਾ 18 ਸਾਲ। ਜੋ ਗੋਲੀ ਪਕੜੀ ਹੈ ਉਹ ਕਿਤਨੀ ਆਪਕੀ? 1,00,000 ਸੁਪਰ 1,00,000 ਤੱਕ। ਕਹਾਂ ਸੇ ਲੇਕਰ ਆਤੀ? ਦਿੱਲੀ ਸੇ। ਕਹਾਂ ਸਪਲਾਈ ਕਰਨੀ ਥੀ? ਬਰਨਾਲਾ ਮੇ, ਪਟਿਆਲਾ ਮੇ। ਪਹਿਲੇ ਕੋਈ ਪਰਚਾ ਦਰਜ ਹੈ ਤੁਹਾਡੇ ਉੱਪਰ? ਪਹਿਲੇ ਕੋਈ ਕੇਸ ਦਰਜ ਹੈ ਆਪਕੇ ਪਾਸ? ਨਹੀਂ। ਕਿਤਨਾ ਟਾਈਮ ਸੇ ਸਪਲਾਈ ਕਰ ਰਹੇ ਹੋ ਜੀ ਮਾਲ? ਪਹਿਲੀ ਵਾਰ ਕਿਸੇ ਕੇ ਸਾਥ ਮੇ ਥਾ। ਕਿਤਨੇ ਲੋਕ ਥੇ? ਮੇਰਾ ਮਾਲਿਕ ਭੱਗ ਗਿਆ। ਕਿਆ ਨਾਮ ਹੈ ਮਾਲਿਕ ਦਾ? ਸ਼ੰਕਰ। ਔਰ ਕਿਤਨੇ ਲੋਕ ਪਕੜੇ ਹੋ ਆਪ? ਦੋ ਹੀ। ਪੜ੍ਹਾਈ ਕਿਤਨੀ ਕੀ ਹੋਈ ਹੈ ਤੁਹਾਨੂੰ? 9 ਤੱਕ ਪੜ੍ਹਾ ਹੋ। ਕਹਾਂ ਕੇ ਰਹਿਣੇ ਵਾਲੇ ਹੋ? ਬਿਹਾਰ ਕਾ। ਬਰਨਾਲੇ ਮੇ ਕਿਸੇ ਸਪਲਾਈ ਕਰਨੀ ਥੀ? ਮੁਝੇ ਮਾਲੂਮ, ਮੇਰਾ ਮਾਲਿਕ ਕਾ ਮਾਲੂਮ ਹੈ।